ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਬਹੁਤ ਸਾਰੇ ਜਿਗਰੀ ਯਾਰ ਨੇ ਜਿਹੜੇ ਤੁਹਾਡੇ ਉੱਤੇ ਜਾਨ ਵੀ ਦੇ ਸਕਦੇ ਨੇ, ਤੇ ਇਹ ਵੀਡੀਓ ਤੁਹਾਡੇ ਵਾਸਤੇ ਹੈ। ਦੋਸਤੋ, ਸਾਡੀ ਜ਼ਿੰਦਗੀ ਦੇ ਵਿੱਚ ਕੁਝ ਦੋਸਤ ਇਹੋ ਜਿਹੇ ਹੁੰਦੇ ਨੇ ਜਿਹੜੇ CCTV ਕੈਮਰੇ ਵਾਕਨ ਹੁੰਦੇ ਨੇ, ਜਿਹੜੇ ਹਮੇਸ਼ਾ ਤੁਹਾਡੇ ਉੱਤੇ ਨਜ਼ਰ ਰੱਖਦੇ ਆ, ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਮੇਰਾ ਕੰਪੀਟੀਸ਼ਨ ਇਹਦੇ ਨਾਲ ਹੈ, ਇਹ ਕਰੇਗਾ ਤੇ ਮੈਂ ਉਹ ਕਰਾਂਗਾ। ਤੇ ਕੁਝ ਹੁੰਦੇ ਨੇ ਬ੍ਰੌਡਕਾਸਟ ਰੇਡੀਓ ਵਾਕਨ, ਕਿ ਜਿਹੜੇ ਤੁਹਾਡੇ ਅੰਦਰੋਂ ਇਨਫੋਰਮੇਸ਼ਨ ਕਢਾਉਣਗੇ ਤੇ ਉਹੀ ਇਨਫੋਰਮੇਸ਼ਨ ਜਿਹੜੀ ਹੈ ਉਹ ਕਿਸੇ ਹੋਰ ਦੇ ਨਾਲ ਬੈਠ ਕੇ ਉਹਦੇ ਨਾਲ ਸ਼ੇਅਰ ਕਰਨਗੇ, ਤੁਹਾਡੀਆਂ ਚੁਗਲੀਆਂ ਕਰਨਗੇ, ਤੇ ਉਹਨਾਂ ਨੂੰ ਇਹ ਕਰਕੇ ਨਾ ਮਜ਼ਾ ਵੀ ਬੜਾ ਆਉਂਦਾ। ਤੇ ਤੀਜੇ ਫਰੈਂਡ ਆਉਂਦੇ ਨੇ ਇੰਸ਼ੋਰੈਂਸ ਪਾਲਿਸੀ ਫਰੈਂਡਸ, ਇਹ ਉਹ ਨੇ ਜਿਹੜੇ ਤੁਹਾਨੂੰ ਇੱਕ ਇੰਸ਼ੋਰੈਂਸ ਪਾਲਿਸੀ ਵਾਕਨ ਯੂਜ਼ ਕਰਦੇ ਨੇ, ਜਿਹਨਾਂ ਨੂੰ ਪਤਾ ਹੈ ਕਿ ਵੀ ਇਹ ਬੰਦਾ ਕੁਛ ਠੀਕ ਕਰ ਰਿਹਾ, ਤੇ ਇਹਨੂੰ ਯਾਰ ਇੱਕ ਇੰਸ਼ੋਰੈਂਸ ਵਾਕਨ ਰੱਖਦੇ ਆ, ਥੋੜ੍ਹਾ ਜਿਹਾ ਤੁਹਾਡਾ ਇਨ ਟੱਚ ਰਹਿਣਗੇ, ਹੈਪੀ ਬਰਥਡੇ, ਹੈਪੀ ਐਨਵਰਸਰੀ ਇਹੋ ਜਿਹੀਆਂ ਤੁਹਾਨੂੰ ਵਿਸ਼ਿਸ ਕਰਦੇ ਰਹਿਣਗੇ। ਤੇ ਉਹ ਮਤਲਬ ਜਦੋਂ ਕਦੇ ਉਹਨਾਂ ਨੂੰ ਕੰਮ ਦੀ ਲੋੜ ਪੈ ਗਈ, ਉਹ ਮੈਂ ਤੇਰਾ ਦੋਸਤ ਹਾਂ ਯਾਰ, ਤੂੰ ਕੀ ਗੱਲਾਂ ਕਰਦਾ ਯਾਰ। ਤੇ ਚੌਥੇ ਦੋਸਤ ਹੁੰਦੇ ਨੇ ਜਿਹੜੇ ਰੀਅਲ ਫਰੈਂਡਸ ਹੁੰਦੇ ਨੇ, ਜਿਹਨਾਂ ਨੂੰ ਤੁਸੀਂ ਸਕਸੈਸਫੁਲ ਹੈਗੇ ਹੋ ਨਹੀਂ ਹੈਗੇ, ਤੁਹਾਡੀ ਜ਼ਿੰਦਗੀ 'ਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਉਹਦੇ ਨਾਲ ਕੋਈ ਲੈਣ ਦੇਣ, ਉਹਨਾਂ ਨੂੰ ਸਿਰਫ ਅਤੇ ਸਿਰਫ ਤੁਸੀਂ ਚਾਹੀਦੇ ਹੋ, ਤੁਸੀਂ ਕਿ ਜਿਹੜੇ ਤੁਹਾਡੇ ਵਾਸਤੇ ਲੋੜ ਪੈਣ ਦੇ ਉੱਤੇ ਕਿਡਨੀ ਤੱਕ ਜਿਹੜੀ ਆ ਉਹ ਦੇ ਸਕਦੇ ਨੇ। ਅਤੇ ਲੋੜ ਹੈ ਸਾਨੂੰ ਇਹ ਡਿਫਰੈਂਸ਼ੀਏਟ ਕਰਨ ਦੀ ਕਿ ਵੀ ਕਿਹੜੇ ਸਾਡੇ ਜਾਣ ਪਛਾਣ ਵਾਲੇ ਨੇ ਅਤੇ ਕਿਹੜੇ ਸਾਡੇ ਰੀਅਲ ਫਰੈਂਡਸ ਨੇ। ਅਤੇ ਜੇ ਤੁਹਾਡੀ ਲਾਈਫ ਦੇ ਵਿੱਚ ਕੋਈ ਇਹੋ ਜਿਹਾ ਫਰੈਂਡ ਹੈਗਾ ਜਿਹਦੇ ਬਾਰੇ ਤੁਹਾਨੂੰ ਲੱਗਦਾ ਕਿ ਉਹ ਤੁਹਾਨੂੰ ਕਿਡਨੀ ਵੀ ਡੋਨੇਟ ਕਰ ਸਕੇ, ਤਾਂ ਇਹ ਵੀਡੀਓ ਉਹਦੇ ਨਾਲ ਜ਼ਰੂਰ ਸ਼ੇਅਰ ਕਰਨਾ, ਉਹਨੂੰ ਵੀ ਇਹ ਜਾਣ ਕੇ ਬਹੁਤ ਅੱਛਾ ਲੱਗੇਗਾ ਕਿ ਤੁਸੀਂ ਉਹਦੇ ਬਾਰੇ ਇਹ ਸੋਚਦੇ ਹੋ। ਧੰਨਵਾਦ।